ਆਲੂ ਤੁਹਾਨੂੰ ਦਿਖਾਉਣੇ ਨੇ ਪੂਰੀ ਵਾਲੇ, ਪਰ ਬਹੁਤ ਡਿਫਰੈਂਟ ਤਰੀਕੇ ਨਾਲ। ਆ ਜਾਓ ਦੇਖਦੇ ਹਾਂ। ਇਹ ਦੇਖੋ ਜੀ, ਇਹ ਆਲੂ ਲਵੋ ਅਤੇ ਇਹਨਾਂ ਨੂੰ ਪਰਾਂ ਭਜਾ ਕੇ ਕੱਟ ਲਓ। ਭੱਜੇ ਜਾ ਰਿਹਾ, ਮੇਰਾ ਕੀ ਕਸੂਰ ਹੈ ਬਈ? ਮੇਰਾ ਕੋਈ ਸਕੂਰ ਨਹੀਂ ਹੈਗਾ। ਅਤੇ ਇਹਨੂੰ ਇੰਜ ਕਰਕੇ ਇਹਦੇ ਇੱਦਾਂ ਡੱਕਰੇ ਕਰ ਲਓ, ਠੀਕ ਹੈ। ਪਾਣੀ ਜਿਹੜਾ ਉਬਲਣਾ ਰੱਖ ਦਿੱਤਾ ਹੈ, ਅਤੇ ਇਹਦੇ ਵਿੱਚ ਅਸੀਂ ਇੱਦਾਂ ਕਰਕੇ ਆਲੂ ਕੱਟ ਕੇ, ਕੱਟੇ ਹੋਏ ਆਲੂ ਜਿਹੜੇ ਹੈ ਇਹਦੇ ਪਾ ਦਾਂਗੇ। ਸ਼ਾਮ ਦਾ ਹੁਕਮ ਹੋਇਆ ਵੀ ਮੈਂ ਬਈ ਉਹ ਛੁੱਟੀ ਵਾਲੇ ਦਿਨ ਆਵੇ ਨਾ, ਅਤੇ ਉਹ ਤਾਂ ਕਹਿੰਦਾ ਵੀ ਮੈਂ ਤਾਂ ਪੂਰੀ ਖਾਣੀ ਹੈ। ਮੈਂ ਕਿਹਾ ਠੀਕ ਹੈ ਭਾਈ, ਪੂਰੀ ਖਾਣੀ ਹੈ ਤਾਂ ਪੂਰੀ ਖਾਓ, ਕਿਹੜੀ ਗੱਲ ਹੈ। ਫਿਰ ਜਿੰਨੀ ਦੇਰ ਆਪਣਾ ਤੇਲ ਗਰਮ ਹੁੰਦਾ ਨਾ, ਫਟਾਫਟ ਜਿਹੜਾ ਧਨੀਆ ਕੱਟ ਲੈਂਦੇ ਹਾਂ। ਧਨੀਆ ਭਾਈ ਹੁਣ ਥੋੜ੍ਹਾ ਥੋੜ੍ਹਾ ਮਿਲਣਾ ਸ਼ੁਰੂ ਹੋ ਗਿਆ, ਅਤੇ ਬੜਾ ਚੰਗਾ ਫੀਲ ਹੁੰਦਾ। ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਜਿਹੜਾ ਉਹ ਪਾ ਦਿੰਦਾ, ਠੀਕ ਹੈ ਜੀ। ਬੜੇ ਸੌਖੇ ਆਲੂ ਤੁਹਾਨੂੰ ਅੱਜ ਨਵੇਂ ਤਰੀਕੇ ਨਾਲ ਬਣਾਉਣੇ ਦਿਖਾਉਂਦੀ ਹਾਂ। ਵਿੱਚ ਜੇ ਥੋੜ੍ਹਾ ਜਿਹਾ ਲਸਣ ਦਾ ਕੱਚਾ ਟੇਸਟ ਆਏ ਨਾ, ਤਾਂ ਜ਼ਿਆਦਾ ਸਵਾਦ ਲੱਗਦੀ ਹੈ। ਇਹਦੇ ਵਿੱਚ ਹੁਣ ਕੱਟੇ ਹੋਏ ਪਿਆਜ਼ ਪਾ ਦਿੱਤੇ, ਬਹੁਤੇ ਬਰਾਊਨ ਨਹੀਂ ਕਰਨੇ। ਸਵੇਰ ਦੀ ਸਬਜ਼ੀ ਵਿੱਚ ਨਾ ਆਲੂ ਪੂਰੀਆਂ ਦੇ ਵਿੱਚ ਜ਼ਿਆਦਾ ਇਹ ਚੀਜ਼ਾਂ ਬਰਾਊਨ ਨਹੀਂ ਕਰੀਦੀਆਂ। ਅਤੇ ਨੂਣ ਪਾ ਦਿੱਤਾ, ਹਲਦੀ ਪਾ ਕੇ, ਮਿਰਚਾਂ ਪਾਵਾਂਗੇ ਤਗੜੀਆਂ, ਕਿਉਂਕਿ ਖਾਣ ਵਾਲੇ ਤਗੜੇ ਨੇ। ਅਤੇ ਫਿਰ ਪਾ ਦਾਂਗੇ ਗਰਮ ਮਸਾਲਾ ਜੋ ਕਿ ਹਮਨੇ ਸਬਜ਼ੀ ਮੈਂ ਡਾਲਾ। ਉਹਨਾਂ ਜਗ੍ਹਾ ਜਗ੍ਹਾ ਕਰਕੇ ਨਾ ਟਮਾਟਰ ਦਾ ਪੇਸਟ ਪਾ ਲਓ, ਚਮਚ ਚਮਚ ਕਰਕੇ, ਨਾਲੇ ਭੁੰਨੀ ਜਾਓ ਨਾਲੇ ਭੁੰਨੀ ਜਾਓ, ਬੋਲਿਆ ਨਾ ਭੁੰਨੀ ਜਾਓ, ਆਇਆ ਨਾ, ਹਾਂ ਬੋਲਣਾ, ਮਤਲਬ ਆਉਣਾ ਚਾਹੀਦਾ। ਮੈਂ ਕੀ ਕਰਾਂ ਨਾ, ਨਾ ਦਿਵਸ ਆਏਗੀ ਅੱਜ ਫਰਨੀਚਰ ਵਾਲਾ, ਹਮ ਲੋਕ ਜਾਣੇ ਹੈ ਇਸਕੋ ਤੋੜ ਕੇ ਜਾਣਗੇ। ਥਾਲੇ ਦੇ ਵਿੱਚ ਅਸੀਂ ਆਲੂ ਜਿਹੜੇ ਨੇ ਪਾ ਦਿੱਤੇ ਨੇ, ਤੇ ਇਹ ਨਾ ਤੁਹਾਨੂੰ ਦੱਸਾਂ, ਜਿਹੜੇ ਚਾਈਨੀਜ਼ ਲੋਕ ਹੈ ਨਾ, ਇਹ ਆਲੂ ਜਿਹੜੇ ਹੈ ਸਕਿਨ ਉਤਾਰ ਕੇ ਕੱਟ ਕੇ ਉਬਾਲਦੇ ਨੇ। ਅਸੀਂ ਵੀ ਇੱਦਾਂ ਹੀ ਅੱਜ ਕੋਸ਼ਿਸ਼ ਕੀਤੀ ਸਬਜ਼ੀ ਬਣਾਉਣ ਦੀ, ਬਹੁਤ ਵਧੀਆ ਬਣੇਗੀ ਇਹ ਤਾਂ ਮੈਨੂੰ ਪਤਾ ਹੀ। ਮੈਨੂੰ ਲੱਗਦਾ ਹਲਦੀ ਪਾਣੀ ਭੁੱਲ ਗਈ ਹਾਂ, ਪਾ ਦਿੱਤੀ ਮਾੜੀ ਜੀ, ਇਹ ਵੀ ਪਾਉਂਦੀ ਹਾਂ ਮੈਂ ਤਾਂ, ਬਸ ਭੁੱਲਣ ਵਾਲੀ ਤਾਂ ਹੈ ਹੀ। ਹੁਣ ਇਹਨੂੰ 5 ਮਿੰਟ ਹੋ ਗਏ ਨੇ ਆਲੂ ਛੌਂਕਦਿਆਂ, ਆਲੂ ਛੌਂਕ ਗਏ ਨੇ ਅਤੇ ਅਸੀਂ ਪਾ ਦਿੰਦੇ ਹਾਂ ਇਹਦੇ 'ਚ ਪਾਣੀ। ਹੁਣ ਢੱਕਣ ਦੇ ਦਿੰਦੇ ਹਾਂ ਅਤੇ ਬਸ ਰਿੱਝ ਜਾਣਗੇ, ਸਬਜ਼ੀ ਬਣ ਗਈ। ਜੇ ਮੈਂ ਚੱਲੀ ਤੂੰ ਪੂਰੀ ਨਾਲ ਖਾਣੇ ਆ ਨਾ, ਉਹਨਾਂ ਨੂੰ ਨਾ ਇੰਝ ਕਰਕੇ ਅੱਧਿਆਂ ਨੂੰ ਵਿੱਚੋਂ, ਮਤਲਬ ਕਿਧਰੇ ਕਿਧਰੇ ਥੋੜ੍ਹੇ ਥੋੜ੍ਹੇ ਮੈਸ਼ ਕਰ ਦਿਓ, ਬਹੁਤ ਵਧੀਆ ਵਾਲੇ ਤੁਹਾਨੂੰ ਤਰੀ ਵੀ ਲੱਗੇਗੀ ਅਤੇ ਆਲੂ ਵੀ ਸਵਾਦ ਲੱਗਣਗੇ। ਇਹਦੇ ਵਿੱਚ ਪਾਵਾਂਗੇ ਧਨੀਆ, ਮਾਈ ਫੇਵਰੇਟ, ਅਤੇ ਸਬਜ਼ੀ ਕਿਆ, ਧਨੀਆ ਅਤੇ ਆਲੂ ਜਿਹੜੇ ਬਣੇ ਸੀ ਸਾਡੇ ਅਜ਼ਾਨ ਕਰਕੇ। ਪਰ ਅਜ਼ਾਨ ਨਾਨੂ ਨਾਲ ਗਿਆ ਹੈ ਰੋਸ, ਨਾਨੂ ਨੇ ਰਸਾਤ ਕੀ ਨਾ ਲਈਦਾ ਅਜ਼ਾਨ। ਅਤੇ ਚਲੋ ਜੀ ਹੁਣ ਅਸੀਂ ਖਾਂਦੇ ਹਾਂ ਉਹਦਾ, ਹੁਣ ਜਦੋਂ ਰੋਸਾ ਖਤਮ ਹੋਏਗਾ ਫਿਰ ਖਾ ਲਏਗਾ, ਫਿਰ ਕੀ ਕਰੀਏ। ਇੰਨਾ ਇੰਨਾ ਵਧੀਆ ਉਹਦਾ ਮੂਡ ਸੀਗਾ,
ਅਤੇ ਗੱਲ ਨਹੀਂ ਬਣੀ ਬਾਈ। ਉਹਨੇ ਨਾਨੂ ਦੇ ਨਾਲ ਨਹਾਉਣਾ ਸੀ ਅਤੇ ਉਹ ਬਾਈ ਥੋੜ੍ਹਾ ਲੇਟ ਹੋ ਗਿਆ ਵੜਨ 'ਚ ਅਤੇ ਨਾਨੂ ਨੇ ਨਹਾ ਲਿਆ। ਫਿਰ ਬਾਈ ਹੁਣ ਉਹ ਕਿਹਾ ਉਹਦਾ ਦੇਖੋ ਤਰਕ ਵੇਖੋ, ਮੇਰੇ ਨਾਲ ਦੁਬਾਰਾ ਨਹਾਓ। ਬੜਾ ਮਜ਼ਾ ਆਉਣ ਵਾਲਾ ਦੁਬਾਰਾ ਨਹਾਉਣ ਦਾ। ਅਤੇ ਦਿਖਾਓ ਜੀ, ਕੱਲ੍ਹ ਮੈਨੂੰ ਸੁਨੀਤਾ ਠੰਡਲ ਦਾ ਫੋਨ ਆਇਆ ਸੀ, ਇਹ ਫੁੱਲੀ ਫੁੱਲੀ ਪੂੜੀਆਂ ਕਿੱਦਾਂ ਬਣਦੀਆਂ ਨੇ? ਹਾਂ ਨਹੀਂ, ਉਹਨੂੰ ਮੈਂ ਭੇਜਤਾ ਸੀ ਮੈਸੇਜ 'ਤੇ ਵੀ ਇੱਦਾਂ ਕਰਕੇ ਆਟਾ ਗੁੱਲ ਲਓ ਅਤੇ ਤੁਹਾਡਾ ਬਹੁਤ ਫੁੱਲ ਜਾਣਗੀਆਂ ਪੂੜੀਆਂ। ਦਿਖਾਈਆਂ ਤਾਂ ਨਹੀਂ ਆ, ਹੁਣ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ। ਹਾਂ ਸੁਨੀਤਾ ਜੀ, ਅੱਜ ਫਿਰ ਅਸੀਂ ਪੂੜੀਆਂ ਬਣਾਈਆਂ ਨੇ ਉੱਦਾਂ ਹੀ ਫੁੱਲੀਆਂ ਫੁੱਲੀਆਂ। ਅਜ਼ਾਨ ਸਾਡਾ ਆਵੇ ਤਾਂ ਫਿਰ ਪੂਰੀ ਜ਼ਰੂਰ ਬਣਦੀ ਹੈ, ਉਹ ਸ਼ੌਕੀਨ ਹੈ ਪੂਰੀ ਖਾਣ ਦਾ। ਮਜ਼ੇਦਾਰ ਸਬਜ਼ੀ ਵੀ ਅੱਜ ਨਵੇਂ ਬਣਾਈ ਹੈ ਅਤੇ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ। ਨਹੀਂ ਮੇਰਾ ਸੋਹਣਾ ਆ ਜਾ, ਅੱਜ ਦਿਖਾਈ ਵੀ ਮਿਰਚਾਂ ਖਾ ਕੇ ਨਾਨੀ ਨੇ ਪਾਈਆਂ ਦੱਬ ਕੇ ਦੇਰ ਤੇਰਾ। ਨਾਨੀ ਪਾ ਹੋਰ ਪਾਵਾਂ ਆਲੂ ਸਬਜ਼ੀ ਦਹੀਂ ਨਹੀਂ ਖਾਣੀ? ਦੇਖੋ ਜੀ ਅਜ਼ਾਨ ਆ ਗਿਆ ਪਰ ਉਹ ਕਹਿੰਦਾ ਮੈਂ ਨਾਨੂ ਨਾਲ ਨਹੀਂ ਅੱਜ ਬੈਠਣਾ, ਰੁੱਸਿਆ ਹੋਇਆ ਪੂਰਾ। ਮੈਂ ਉੱਠ ਕੇ ਚਲੇ ਜਾਵਾਂ? ਐਂ ਘਰ ਤੂੰ ਆਇਆ ਮੈਂ ਉੱਠ ਜਾ। ਬੈਠ ਰਹੋ, ਉਹਨੇ ਖਾ ਲੈਣੀ ਆ। ਦੇਖੋ ਜੀ ਨਾਨੂ ਦਾ ਪਿਆਰ, ਨਾਨੂ ਕਹਿੰਦਾ ਮੈਂ ਚਲਾ ਜਾਂਦਾ ਤੁਸੀਂ ਆ ਜਾਓ। ਆ ਜਾਓ ਮੇਰੇ ਪੁੱਤਰ, ਆ ਜਾਓ ਆਪਾਂ ਬੈਠਦੇ ਹਾਂ ਦੋਨੋਂ, ਆਓ ਰੁਕ ਜਾਓ। ਦੇਖਿਆ ਨਾਨੂ ਕਹਿੰਦੇ ਮੈਂ ਅਜ਼ਾਨ ਦੀ ਗੱਲ ਨਾ ਮੰਨਾ, ਇਹ ਹੋ ਨਹੀਂ ਸਕਦਾ। ਠੀਕ ਹੈ ਨਾ, ਕੋਈ ਅਚਾਰ ਲੈਣਾ? ਮੈਨੂੰ ਆਵਾਜ਼ਾਂ ਆਉਂਦੀਆਂ ਸੀ, ਮੈਂ ਕਿਹਾ ਸ਼ਾਇਦ ਤੁਸੀਂ ਨਾ ਆ ਰਹੇ ਹੋ। ਨੋ ਪ੍ਰੋਬਲਮ। ਅੱਜ ਕੱਲ੍ਹ ਠੰਡੇ ਠੰਡੇ ਪਾਣੀ, ਮੈਂ ਤਾਂ ਕਹਿੰਦੀ ਹਾਂ ਗਰਮ ਗਰਮ ਪਾਣੀ। ਵੈਰੀ ਗੁੱਡ। ਅਜੀ ਕੈਸੀ ਹੈ ਪੂਰੀ? ਅੱਛੀ ਹੈ ਨਾ? ਮਿਰਚੀ ਨਹੀਂ ਹੈ? ਸਾਰਿਆਂ ਦੀ ਗਲਾ ਵੀ ਸਾਰੇ ਖੋ ਖੋ ਕਰਦੇ ਪਏ ਸੀ, ਤੈਨੂੰ ਮਿਰਚੀ ਨਹੀਂ ਲੱਗੀ? ਔਰ ਮੇਰੇ ਪੁੱਤਰ ਨੂੰ ਨਾਰਾਜ਼ ਕਰਤਾ ਬਿਨਾਂ ਮਤਲਬ ਦੇ, ਹੈ ਨਾ ਪੁੱਤਰ? ਚੱਲ ਤੂੰ ਨਾਰਾਜ਼ ਨਾ ਹੋ, ਠੀਕ ਹੈ? ਆਪਾਂ ਨਾਨੂੰ ਦੁਬਾਰਾ ਨਾ ਲਾ, ਠੀਕ ਹੋ? ਵੈਰੀ ਗੁੱਡ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਅਸੀਂ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਖਾਣ ਲੱਗੇ ਸੀ ਪਰ ਥੋੜ੍ਹਾ ਜਿਹਾ ਮੇਰੇ ਪੁੱਤਰ ਦਾ ਮੂਡ ਆਫ ਹੋ ਗਿਆ, ਪਰ ਫਿਰ ਖਾ ਤਾਂ ਰਿਹਾ ਨਾ, ਇਹ ਗੱਲ ਤਾਂ ਹੈ ਨਾ। ਕੀ ਚਾਹੀਦਾ? ਹੈ ਲੱਸੀ? ਮੈਂ ਸਦਕੇ ਜਾਵਾਂ, ਲੱਸੀ ਲੱਸੀ ਲਓ ਜੀ। ਫਿਰ ਤੁਸੀਂ ਵੀ ਕਰੋ ਵਧੀਆ ਵਧੀਆ ਸਵਾਦ ਸਵਾਦ ਨਾਸ਼ਤਾ ਛੁੱਟੀ ਵਾਲੇ ਦਿਨ ਦਾ। ਜੀ ਪੂਰੀ ਪੂਰੀ ਆ ਰਹੀ, ਇੰਜੋਏ ਕਰੋ ਬਹੁਤ। ਸਬਜ਼ੀ ਅੱਛੀ ਹੈ? ਵੈਰੀ ਗੁੱਡ, ਸ਼ੁਕਰੀਆ, ਮਿਹਰਬਾਨੀ। ਬਟ ਇੱਕ ਚੀਜ਼ ਦੀ ਕਮੀ ਹੈ। ਕੀ? ਮਿਰਚੀ। ਫਿਰ ਵੀ ਮਿਰਚੀ ਦੀ ਕਮੀ? ਤੂੰ ਬਹੁਤ ਮਿਰਚੀਆਂ ਖਾਂਦਾ ਬਾਈ, ਵਾਹ ਸ਼ੁਕਰੀਆ।